नमस्कार, आप देख रहे हैं समाचार इंडिया। मैं हूं आपके साथ दीपक कुमार। भारत देश के वीर सपूतों ने हमेशा आगे बढ़कर देश के लिए जान कुर्बान करने में भी देर नहीं की है। यही वजह है कि आज हमारे देश के नौजवानों का नाम देश में सम्मान के साथ लिया जाता है। हर बार देखा गया है कि इस धरती के वीर नौजवान सेना में भर्ती होकर सीमा पार आतंकियों को अपनी गोलियों से करारा जवाब देते हैं। देश की रक्षा में अपनी जान तक कुर्बान कर देने वाले इन नौजवानों को हम सलाम करते हैं। आज पुलवामा हमले की पहली बरसी है। पुलवामा में आज सीआरपीएफ के शहीद जवानों को श्रद्धांजलि दी जा रही है। पूरा देश उनकी कुर्बानी को नमन कर रहा है। बता दें, पिछले साल 14 फरवरी को सुबह जम्मू कश्मीर के पुलवामा में हुए आतंकी हमले में 40 से ज़्यादा जवान शहीद हुए। शहीद हुए जवानों में से मोगा के कस्बा कोट इसे खां के रहने वाले जेमल सिंह, जो कि सीआरपीएफ की बस चला रहे थे, वो भी हमले के दौरान शहीद हो गए थे। शहीद जेमल सिंह की आज पहली बरसी मनाई गई है। परिवार वालों के साथ साथ गांव वासी बरसी मनाने पहुंचे। परिवार वालों का कहना है कि सरकार की ओर से दिए गए कुछ वादे आज पूरे कर दिए गए हैं और जेमल सिंह के नाम से स्कूल और सड़क बहुत जल्द बना दी जाएगी। बता दें कि वहीं इस मौके पर जेमल सिंह की बरसी पर कोई भी एमएलए यानी कि कोई भी बड़ा अधिकारी नहीं पहुंचा। वहीं धर्मकोट के एसडीएम ने परिवार वालों को बकाया राहत राशि में 5 लाख का चेक दिया और शहीद के नाम पर बनाए जाने वाले स्मारक, सड़क और स्कूल का जल्दी काम पूरा करने का वायदा भी किया। ਪੰਜਾਬ ਸਰਕਾਰ ਵੱਲੋਂ 5 ਲੱਖ ਦਾ ਚੈੱਕ ਦਿੱਤਾ ਗਿਆ ਜੀ। ਜੋ 5 ਲੱਖ ਉਹਨਾਂ ਦਾ ਰਹਿ ਰਿਹਾ ਸੀ, 5 ਲੱਖ ਦਾ ਚੈੱਕ ਉਹਨਾਂ ਅੱਜ ਦਿੱਤਾ। ਜੈਮਲ ਸਿੰਘ ਦੀ ਅੱਜ ਪਹਿਲੀ ਬਰਸੀ ਮਨਾਉਣ ਜਾ ਰਹੇ ਹਾਂ, ਇੱਥੇ ਮਨਾਈ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਉਹਨਾਂ ਜ਼ਮੀਰ ਜੀ, ਜੈਮਲ ਸਿੰਘ ਨੂੰ ਸ਼ਹੀਦ ਹੋਏ ਸਾਲ ਹੋ ਗਿਆ, ਇਹ ਸਾਲ ਪਰਿਵਾਰ ਲਈ ਕਿਵੇਂ ਬੀਤਿਆ? ਬਹੁਤ ਮੁਸ਼ਕਲ, ਬਹੁਤ ਮੁਸ਼ਕਲ ਉਹਨਾਂ ਲਈ। ਸਾਨੂੰ ਤਾਂ ਅੱਜ ਵੀ ਉਸ ਤਰੀਕੇ ਨਾਲ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਪਲ ਪਲ 'ਤੇ ਸਾਨੂੰ ਉਹਨਾਂ ਦੀ ਯਾਦ, ਪਲ ਪਲ 'ਤੇ ਉਹਨਾਂ ਦੀ ਜ਼ਰੂਰਤ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਸਾਨੂੰ। ਬਹੁਤ ਮੁਸ਼ਕਲ ਹੋਤਾ ਹੈ ਕਿ ਹਮਾਰੇ ਲਈ, ਉਨਕੇ ਲਈ ਬਿਆਨ ਨਹੀਂ ਕਰ ਸਕਦੇ ਕਿ ਕਿਤਨਾ ਹਮੇ ਪਰੇਸ਼ਾਨੀਆਂ ਉਠਾਨੀ ਪੜ ਰਹੀ ਉਨਕੇ ਬਿਨਾ। ਬੇਟਾ ਹਮੇਸ਼ਾ ਯਾਦ ਕਰਤਾ ਹੋਗਾ ਪਾਪਾ ਕੋ ਛੋਟਾ ਹੈ। ਬਹੁਤ ਜ਼ਿਆਦਾ ਦਿਲਾਸਾ ਦਿੱਤੀ ਹੋ ਆਪ? ਬਹੁਤ ਜ਼ਿਆਦਾ ਯਾਦ ਕਰਤਾ, ਬਸ ਉਸੇ ਇੱਕ ਦਿਲਾਸਾ ਦਿਆ ਸੀ ਮੇਰੇ ਦਿਮਾਗ ਮੇ ਆ ਗਿਆ, ਬੇਟਾ ਜੀ ਪਾਪਾ ਜੀ ਤੋਂ ਭਗਵਾਨ ਕੇ ਪਾਸ ਗਏ, ਉਨਕੋ ਚੋਟ ਬਹੁਤ ਲਗਾ ਥਾ और उनका चोट वहाँ पे ठीक नहीं हो सकता, सिर्फ बाबा जी ठीक कर सकते हैं। और ये तब आएंगे जब आपको स्टार लगेंगे। वो पढ़ाई में बहुत ध्यान से पढ़ता है कि जब मैं जल्दी बढ़ा वो स्टार लगे और मेरे पापा जी आए, फिर आगे से क्वेश्चन करता है कि मम्मा पापा पहचानेंगे नहीं, मैं बड़ा हो जाऊँगा, फिर अपने फादर और मदर का नाम बताना पड़ेगा और पापा जी मेरे को तुरंत पहचान जाएंगे कि ये तो मेरा गुरप्रकाश सिंह है। ਜਿਹੜੇ ਸਰਕਾਰ ਨੇ ਤੁਹਾਡੇ ਨਾਲ ਕੁਛ ਕੰਮ ਕੀਤੇ ਸੀਗੇ ਜੀ, ਉਹ ਤੁਹਾਨੂੰ ਸਾਰੇ ਪੂਰੇ ਹੋ ਗਏ ਜੀ? ਹਾਂਜੀ, ਗੌਰਮੈਂਟ ਪੰਜਾਬ ਗੌਰਮੈਂਟ ਦਾ 12 ਲੱਖ ਦਾ ਹੀ ਅਤੇ 7 ਲੱਖ ਪਹਿਲੇ ਦੇ ਤੀ, 5 ਲੱਖ ਕਾ ਜੋ ਰਹਿਤਾ ਤਾਂ ਅਭੀ ਆਪਕੇ ਸਾਹਮਣੇ ਉਹਨੇ ਸਕੂਲ ਔਰ ਗੇਟ ਬਣਾਉਣ ਦੇ ਕਿਹਾ ਸੀ ਉਹਨਾਂ ਨੇ ਸਰਕਾਰ? ਹਾਂਜੀ, ਸਕੂਲ ਜੋ ਗੇਟ ਉਸਕੇ ਲੀਏ ਕੋਈ ਵਾਅਦਾ ਨਹੀਂ ਪੂਰਾ ਕੀਆ ਹੈ, ਨਾ ਸਕੂਲ ਕਾ ਜੋ ਸਟੇਡੀਅਮ ਬਣਾਉਣਾ ਹੈ, ਸੜਕ ਬਣਾਉਣਾ, ਕੁਛ ਵਾਅਦਾ ਪੂਰਾ ਨਹੀਂ ਹੋਇਆ ਇੱਕ ਵੀ ਕੁਛ। ਜੀ ਤੁਹਾਨੂੰ ਲੱਗਦਾ ਜੀ ਆਰਥਿਕ ਮਦਦ ਜਿਹੜੀ ਪੰਜਾਬ ਸਰਕਾਰ ਵੱਲੋਂ 1 ਸਾਲ ਬਾਅਦ ਜਿਹੜੀ ਅੱਜ ਤੁਹਾਨੂੰ ਮਿਲੀ ਗਈ, ਲੱਗਦਾ ਨਹੀਂ ਬਹੁਤ ਦੇਰੀ ਕਰਤੀ? ਬਹੁਤ ਜ਼ਿਆਦਾ ਦੇਰੀ ਕਰਤੀ ਹੈ। ਪੰਜਾਬ ਗੌਰਮੈਂਟ ਸਿਰਫ ਇੱਕ ਪੰਜਾਬ ਗੌਰਮੈਂਟ ਸੀ ਜਿਸਨੇ 12 ਲੱਖ ਦਾ ਐਲਾਨ ਕੀਆ, ਬਾਕੀ ਕਿਸੇ ਕੋਈ ਗੌਰਮੈਂਟ ਜਿਸੇ 1 ਕਰੋੜ ਕਾ 50 ਲੱਖ ਕਾ ਉਹਨਾਂ ਨੇ ਇੱਕ ਟਾਈਮ ਸਭ ਇਕੱਠਾ ਕਿੰਨੇ ਪਾਉਣ ਦਿਆ ਉਹਨਕੋ, ਇਹ 12 ਲੱਖ ਕਾ ਜੋ 2 ਕਿ 3 ਹਿੱਸੇ ਮੈਂ ਦਿਆ ਗਿਆ ਹਮਾਰੇ ਕੋ, ਬਹੁਤ ਦੇਰ ਕਰਤੀ ਉਹਨਾਂ ਨੇ। ਜੀ ਆਪਕੋ ਨੌਕਰੀ ਵੀ ਦੀ ਗਈ ਥੀ, ਜਾ ਰਹੇ ਹੋ ਨੌਕਰੀ ਕਰਨ? ਹਾਂਜੀ, ਨੌਕਰੀ ਦੀ ਗਈ, ਨੌਕਰੀ ਲਈ ਕੇ ਬੋਲਾ ਵੀ ਗਿਆ, ਲੇਕਿਨ ਮੈਂ ਕਰ ਨਹੀਂ ਸਕਦੀ ਨੌਕਰੀ ਦੋਨੋਂ, ਮੈਂ ਆਪਣੇ ਬੇਟੇ ਕੇ ਲਈ ਰਿਟਰਨ ਮੈਂ ਲੈ ਲਈ ਔਰ ਸੇਵ ਕਰ ਲਈ ਹੈ ਕਿ ਜਬ ਮੇਰਾ ਬੇਟਾ ਐਜੂਕੇਸ਼ਨ ਜੋ ਵੀ ਚੂਜ਼ ਕਰਤਾ ਉਸੀ ਹਿਸਾਬ ਸੇ ਉਸਕੋ ਜੋਬ ਦੀ ਜਾਏ। ਤੇ ਤੁਸੀਂ ਬੇਟੇ ਨੂੰ ਆਰਮੀ 'ਚ ਭੇਜੋਗੇ? ਹਾਂਜੀ, ਮੇਰਾ ਬੇਟਾ ਫੋਰਸ ਮੇਂ ਭਰਤੀ ਹੋਣਾ ਚਾਹਤਾ, ਉਸੇ ਸ਼ੌਕ ਹੈ, ਉਸਕੇ ਪਾਪਾ ਵੀ ਕਰਵਾਉਣਾ ਚਾਹਤੇ ਥੇ ਕਿ ਉਸੇ ਮੈਨੇ ਮਿਲਟਰੀ ਸਟਾਫ ਮੇਂ ਭਰਤੀ ਕਰਵਾਉਣਾ ਹੈ, ਤੋ ਮੇਰਾ ਵੀ ਸਪਨਾ ਹੈ ਕਿ ਉਹ ਬੜਾ ਹੋ ਤੋ ਮਿਲਟਰੀ ਸਟਾਫ ਮੇਂ ਭਰਤੀ ਹੋ, ਜਿਸ ਮੇਂ ਸਿੱਧਾ ਡਾਇਰੈਕਟਲੀ ਸਟਾਰ ਸੇ ਭਰਤੀ ਹੋ, ਅਫਸਰੀ ਲੈਣ ਸੇ ਭਰਤੀ ਹੋ। 1 ਸਾਲ ਹੋ ਗਿਆ ਬੇਟਾ ਘਰੋਂ ਗਏ ਨੂੰ, ਤੁਹਾਨੂੰ ਪਤਾ ਹੀ ਜੀ ਜਵਾਨ ਬੇਟਾ ਮਾਪਿਆਂ ਦੇ ਕੋਲੋਂ ਫੁੱਸ ਜਾਂਦਾ, ਮਾਪਿਆਂ ਦੀ ਕੀ ਹਾਲਤ ਹੁੰਦੀ ਆ, ਰਾਤਾਂ ਦੀਆਂ ਨੀਂਦਾਂ ਮਾਪਿਆਂ ਦੀਆਂ ਉੱਡ ਜਾਂਦੀਆਂ ਵਾ, ਬੱਚੇ ਮਾਪਿਆਂ ਦਾ ਸਹਾਰਾ ਹੁੰਦੇ ਆ, ਮਸਾਂ ਉਹ ਰੱਖ ਜਿਹਨਾਂ ਨੂੰ ਜੰਮਦੇ ਪਾਲਦੇ ਆ, ਗੱਭਰੂ ਕਰਦੇ ਆ, ਪੜ੍ਹਾਉਂਦੇ ਲਿਖਾਉਂਦੇ ਆ, ਨੌਕਰੀ 'ਤੇ ਤੋਰਿਆ ਸੀ, ਬੜੀਆਂ ਆਸਾਂ ਸੀ, ਰਾਸਾਂ 'ਤੇ ਪਾਣੀ ਫਿਰ ਗਿਆ,
ਉਹਨੇ ਸਾਡਾ ਸਹਾਰਾ ਬਣਨਾ ਸੀ, ਸਾਡੀਆਂ ਜ਼ਿੰਮੇਵਾਰੀਆਂ ਚੁੱਕਣੀਆਂ, ਉਹ ਆਪਦੀਆਂ ਜ਼ਿੰਮੇਵਾਰੀਆਂ ਸਾਨੂੰ ਦੇ ਗਿਆ। ਅੱਜ ਵੀ ਯਾਦਾਂ ਯਾਦਾਂ ਪਲ ਪਲ ਆਉਂਦੀਆਂ, ਪਲ ਪਲ ਮਰਦੇ ਜੀਂਦੇ, ਨਾ ਮਰਿਆ ਜਾਂਦਾ ਤੇ ਨਾ ਜੀਵਿਆ ਜਾਂਦਾ। ਅੱਜ ਵੀ ਲੱਗ ਰਿਹਾ ਕਿਤੇ ਜੈਮਲ ਸਿੰਘ ਸ਼ਹੀਦ ਆ ਰਿਹਾ ਸਾਹਮਣੇ, ਆ ਰਿਹਾ ਹੈ। ਮਨ ਮੰਨਦਾ ਨਹੀਂ ਗਾ ਵੀ ਉਹਨੇ ਆਉਣਾ ਨਹੀਂ ਗਾ, ਜਿਵੇਂ ਅੱਗੇ ਹੀ ਛੁੱਟੀ ਆਉਂਦਾ ਸੀ ਐਂ ਲੱਗਦਾ ਜਿਵੇਂ ਪਹੁੰਚ ਹੀ ਨੁਕਰਿਆ ਉਹਨੇ ਆਉਣਾ ਵਾ। ਸਰਕਾਰ ਵੱਲੋਂ ਵਾਅਦੇ ਬਹੁਤ ਕੀਤੇ ਗਏ ਸੀਗੇ ਸ਼ਹੀਦ ਜਦੋਂ ਹੋਏ ਸੀਗੇ, ਕਿੰਨੇ ਵਾਅਦਿਆਂ ਦੇ ਸਰਕਾਰ ਕੋਈ ਵਾਅਦਾ ਨਹੀਂ ਪੂਰਾ ਆਇਆ। ਸਾਡੇ ਬੱਚੇ ਦੀ ਕੋਈ ਯਾਦਗਿਰ ਨਹੀਂ ਬਣੀ, ਸਾਡੇ ਬੱਚੇ ਦਾ ਕੋਈ ਨਾਂ ਨਹੀਂ ਕਿਸੇ ਨੇ, ਉਹਦੇ ਸੜਕ ਬਣਾਵਾਂਗੇ, ਗੇਟ ਬਣਾਵਾਂਗੇ, ਕਾਲਜ ਬਣਾਵਾਂਗੇ, ਸਕੂਲ ਦਾ ਨਾਂ ਕਰਾਂਗੇ, ਪਰ ਗੇੜੇ ਮਾਰ ਮਾਰ ਕੇ ਹੀ ਅੰਬ ਹੋ ਗਏ, ਤੁਹਾਡੀ ਕਿਸੇ ਨਹੀਂ ਸੁਣੀ। ਭੈਣ ਤੋਂ ਭਰਾ ਵਿਛੜ ਗਿਆ ਉਹ ਮਿਲ ਨਹੀਂ ਸਕਦਾ, ਜੋ ਮੇਰੇ ਨਾਲ ਮੇਰਾ ਵੀਰ ਵਾਅਦੇ ਕਰਦਾ ਸੀ ਉਹ ਵਾਅਦੇ ਕੋਈ ਨਹੀਂ ਪੂਰੇ ਕਰ ਸਕਦਾ। ਮੈਂ ਦੋ ਭਰਾਵਾਂ ਦੀ ਇੱਕ ਲਾਡਲੀ ਭੈਣ ਸੀਗੀ, ਅੱਜ ਵੀਰ ਤੋਂ ਬਿਨਾਂ ਸਾਰਾ ਦੇਸ਼ ਚੁੰਨਾ ਲੱਗਦਾ। ਕਿਸੇ ਨੂੰ ਵੀ ਮੈਂ ਉਸ ਵਰਦੀ 'ਚ ਖਾਖੀ ਪੱਗ 'ਚ ਦੇਖਦੀ ਹਾਂ ਨਾ, ਮੈਨੂੰ ਆਪਣਾ ਵੀਰ ਸਭ ਦੇ ਵਿੱਚ ਦਿਸਦਾ ਹੈ। ਮੇਰਾ ਮਾਨ ਨਾਲ ਸਿਰ ਵੀ ਉੱਚਾ ਹੈ ਵੀ ਮੇਰਾ ਵੀਰ ਦੇਸ਼ ਵਾਸਤੇ ਕੁਰਬਾਨੀ ਦਿੱਤੀ ਹੈ। ਪਰ ਭਰਾ ਦਾ ਜੋ ਦਰਦ ਭੈਣ ਨੂੰ ਹੋਏ ਉਹ ਸਭ ਦੁਨੀਆ ਜਾਣਦੀ ਹੈ। ਵੀਰ ਦੀ ਯਾਦ ਇੱਕ ਇੱਕ ਪਲ 'ਤੇ ਆਉਂਦੀ ਹੈ, ਕੋਈ ਵੀ ਗੱਡੀ ਬੂਹੇ ਅੱਗੇ ਰੁਕਦੀ ਹੈ ਮੈਨੂੰ ਐਂ ਲੱਗਦਾ ਜਿਵੇਂ ਮੇਰਾ ਵੀਰ ਆ ਗਿਆ। ਵੀਰ ਜੀ ਨੇ ਵਾਅਦਾ ਕੀਤਾ ਸੀ ਮੇਰੇ ਨਾਲ, ਮੇਰੇ ਬੇਟੇ ਨੂੰ CRP 'ਚ ਭਰਤੀ ਕਰਾਵਾਂਗਾ। ਅੱਜ ਮੇਰੇ ਪੁੱਤ ਨੇ +2 ਕਰ ਲਈ ਹੈ, ਕੋਈ ਵੀ ਕਿਸੇ ਵੱਲੋਂ ਕੋਈ ਮੰਗ ਨਹੀਂ ਗਈ। ਅੱਜ ਮੈਨੂੰ ਵੀਰ ਦੀ ਇੱਕ ਇੱਕ ਪਲ ਯਾਦ ਆਉਂਦੀ ਹੈ। ਮੇਰੇ ਪੁੱਤ ਨੂੰ ਅੱਜ ਮੇਰੇ ਭਰਾ ਨੇ ਟਰਾਇਲ ਕਢਾਉਣੇ ਸੀ, ਉਹਨੇ ਕੰਪਾਂ 'ਚ ਜਾਣਾ ਸੀ। ਅੱਜ ਸਾਡੀ ਸਰਕਾਰ ਅੱਗੇ ਇਹ ਹੀ ਮੰਗ ਆ ਵੀ ਸਾਡੇ ਤੋਂ ਕੁਛ ਨਹੀਂ ਪੁੱਛਿਆ ਗਿਆ, ਮੇਰੇ ਬੇਟੇ ਵਾਸਤੇ ਕੁਛ ਨਹੀਂ ਹੋਇਆ ਗਾ। ਅੱਜ ਤਾਂ ਹੀ ਉਹ ਵੀਰ ਦੀ ਯਾਦ ਆਉਂਦੀ ਪਈ ਹੈ ਸਾਨੂੰ। ਤੁਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਤੁਹਾਡੇ ਬੇਟੇ ਨੂੰ? ਹਾਂਜੀ, ਅਸੀਂ ਮੰਗ ਕਰਾਂਗੇ ਸਰ, ਮੇਰੇ ਦੋ ਬੇਟੇ ਆ, ਵੱਡੇ ਨੂੰ ਜਾਂ ਨਿੱਕੇ ਨੂੰ ਫੌਜ 'ਚ ਭਰਤੀ ਅਸੀਂ ਕਰਾਵਾਂਗੇ। ਹਾਂਜੀ, ਕੀਤਾ ਜਾਵੇ, ਅਸੀਂ ਮੰਗ ਕਰਾਂਗੇ ਸਰਕਾਰ ਅੱਗੇ ਵੀ ਮੇਰੇ ਪੁੱਤ ਫੌਜ 'ਚ ਭਰਤੀ ਹੋਣ। ਸਾਰੀ ਤਰਫ ਸੇ ਪਹਿਲਾਂ ਜਿਹੜਾ ਆ 2-5 ਲੱਖ ਰੁਪਇਆ ਪਹਿਲਾਂ ਪਤਨੀ ਦਿੱਤਾ ਗਿਆ ਸੀ, ਬਾਅਦ 'ਚ 2 ਲੱਖ ਰੁਪਈਆ ਜਿਹੜਾ ਮਾਤਾ ਪਿਤਾ ਨੂੰ ਦਿੱਤਾ ਗਿਆ ਸੀਗਾ, ਅਤੇ 5 ਲੱਖ ਰੁਪਇਆ ਅੱਜ ਜਿਹੜਾ ਆ ਉਹ ਦਿੱਤਾ ਗਿਆ ਪਰਿਵਾਰ ਨੂੰ, ਪਤਨੀ ਨੂੰ ਦਿੱਤਾ ਗਿਆ ਇੱਕ ਘਰ ਬਣਾਉਣ ਵਾਸਤੇ। ਇਸ ਤੋਂ ਇਲਾਵਾ ਜਿਹੜਾ ਆ ਉਹ ਅੰਤਿਮ ਸੰਸਕਾਰ ਵੇਲੇ 25,000 ਦੀ ਜਿਹੜੀ ਆ ਐਕਸੀਵੇਸ਼ਨ ਰਾਸ਼ੀ ਸੀਗੀ, ਔਰ 14,41,000 ਜਿਹੜਾ ਆ ਪੰਜਾਬ ਮੰਤਰੀ ਮੰਡਲ ਵੱਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਦੇ ਮੈਂਬਰ ਨੂੰ ਇੱਕ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪੰਜਾਬ ਸਰਕਾਰ ਵੱਲੋਂ। ਸ਼ਹੀਦ ਦੀ ਜਿਹੜੀ ਪਤਨੀ ਆ ਉਹਨਾਂ ਨੇ ਜਿਹੜਾ ਹੈ ਉਸ ਤੋਂ ਕਿਹਾ ਵੀ ਮੈਂ ਖੁਦ ਨਹੀਂ ਨੌਕਰੀ ਕਰਨੀ, ਮੇਰੇ ਬੇਟੇ ਨੂੰ ਜਿਹੜੀ ਆ ਨੌਕਰੀ ਦਿੱਤੀ ਜਾਵੇ, ਉਹਦੇ ਵਾਸਤੇ ਨੌਕਰੀ ਰਾਖਵੀਂ ਰੱਖੀ ਗਈ ਹੈ। ਜਦੋਂ ਬੇਟਾ ਜਿਹੜਾ ਹੈ 18 ਸਾਲ ਦਾ ਹੋਏਗਾ ਉਦੋਂ ਉਹਨੂੰ ਜਿਹੜਾ ਹੈ ਜੋ ਵੀ ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਬੰਦੀ ਨੌਕਰੀ ਦਿੱਤੀ ਜਾਏਗੀ। ਸਰ ਯਾਦਗਾਰ ਬਣਾਉਣ ਦੀ ਬਾਤ ਕੀ ਕਹੀ ਗਈ, ਲੇਕਿਨ ਪੰਜਾਬ ਸਰਕਾਰ ਦੇ ਜਿਹੜੇ ਰਾਸ਼ੀ ਦੇਣ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਕਿ ਬਹੁਤ ਦੇਰ ਨਾਲ ਮਿਲੀ ਹੈ, 1 ਸਾਲ ਬੀਤੇ ਜਾਣ ਤੋਂ ਬਾਅਦ? ਉਹ ਜਿਹੜੇ ਦੂਸਰੇ ਹੈਗੇ ਨੇ ਪ੍ਰੋਸੈਸ ਹੈ, ਕਈ ਵਾਰੀ ਲੇਟ ਹੋ ਜਾਂਦਾ ਆ, ਅਤੇ ਕੋਈ ਮੌਕੇ ਦੇ ਉੱਤੇ ਫੰਕਸ਼ਨ ਦੇ ਉੱਤੇ ਦਿੱਤੀਆਂ ਜਾਂਦੀਆਂ ਆਮ ਤੌਰ 'ਤੇ ਚੀਜ਼ਾਂ। ਤੋ ਇਸ ਤੋਂ ਇਲਾਵਾ ਜਿਹੜਾ ਇੱਕ ਯਾਦਗਾਰ ਬਣਾਉਣ ਦੇ ਵਿੱਚ ਹੈ, ਯਾਦਗਾਰ ਜਿਹੜੀ ਆ ਉਹ ਮਤਾ ਗਿਆ ਹੋਇਆ, ਯਾਦਗਾਰ ਜਿਹੜੀ ਆ ਉਹ ਬਣ ਜਾਏਗੀ, ਜੋ ਵੀ ਸਕੂਲ ਦੇ ਨਾਮ ਰੱਖਣ ਦਾ ਸੀਗਾ। ਨਹੀਂ, ਕਾਰਵਾਈ ਚੱਲ ਰਹੀ ਹੈ, ਉਹ ਬਣ ਜਾਏਗਾ। ਸੜਕ ਦਾ ਸੀ, ਸਕੂਲ ਦਾ ਸੀਗਾ ਜੀ। ਹਾਂਜੀ ਹਾਂਜੀ, ਉਹ ਗਈ ਹੋਈ ਹੈ, ਉਹ ਬਣ ਜਾਏਗਾ, ਸਰਕਾਰ ਨੂੰ ਗਈ ਹੋਈ ਹੈ, ਉਦਘਾਟਨ ਹੋ ਜਾਏਗਾ। वहीं पंजाब के मोगा में ही मुलापुर दाखा के गांव खंडूर में आज उस वक्त पुलिस के हाथ बड़ी सफलता हाथ लगी जब पुलिस ने एक्सरसाइज विभाग की गुप्त सूचना पर एक नाजायज शराब बनाने की फैक्ट्री का पर्दाफाश किया। दरअसल यहां किसी के घर में चंडीगढ़ से सस्ती शराब, जो कि 300 से 400 रुपए वाली शराब लाकर ब्रांडेड शराब की बोतलों में भरकर उस पर ब्रांडेड शराब की सील लगाकर उन्हें ऊंचे दामों 2,500 से 5,000 रुपए में बेचा जाता था। मौके पर पुलिस ने 600 के करीब सस्ती शराब की बोतलें और 138 खाली पेटियां महंगी शराब की बोतलें और महंगी शराब की सीलें बरामद करके दो लोगों को भी गिरफ्तार किया है। इस मौके पर DSP दाखा बेंस ने कहा कि गुप्त सूचना के आधार पर यह ज्वाइंट ऑपरेशन किया गया है और आगे की जांच पूरी गंभीरता से करते हुए यह पता लगाया जा रहा है कि यह फैक्ट्री किसकी है और कब से यह काम चल रहा है। साढ़े SSP देहाती श्री संदीप गोयल जी को ये इन्फॉर्मेशन सी कि कई दिनों तो जी
ਇਲਾਕੇ ਦੇ ਵਿੱਚ ਮਹਿੰਗੀ ਸ਼ਰਾਬ, ਡੁਪਲੀਕੇਟ ਮਹਿੰਗੀ ਸ਼ਰਾਬ ਦੀ ਸਮਗਲਿੰਗ ਹੋ ਰਹੀ ਹੈ ਅਤੇ ਉਹਨੂੰ ਚੀਪ ਬ੍ਰੈਂਡਸ ਦੇ ਵਿੱਚੋਂ ਮਹਿੰਗੇ ਬ੍ਰੈਂਡਸ ਦੇ ਵਿੱਚ ਭਰ ਕੇ ਕਿਸੇ ਜਗ੍ਹਾ 'ਤੇ ਉਹਦੀ ਸਮਗਲਿੰਗ ਹੋ ਰਹੀ ਹੈ। ਉਹਦੇ ਕਰਕੇ ਅਸੀਂ ਆਪਣੇ ਗੁਪਤ ਸੋਰਸਿਸ ਲਾਏ ਹੋਏ ਸੀ। ਅੱਜ SHO ਜੋਧਾ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਜ਼ਖੀਰਾ ਸ਼ਰਾਬ ਦਾ ਖਡੂਰ ਰੋਡ 'ਤੇ ਜਿਹੜਾ ਜਮ੍ਹਾਂ ਕੀਤਾ ਹੈ, ਜਿੱਥੇ ਚੀਪ ਸ਼ਰਾਬ ਤੋਂ ਮਹਿੰਗੇ ਬ੍ਰੈਂਡ, ਜਿਵੇਂ ਤੁਸੀਂ ਦੇਖਿਆ ATC ਸਾਹਿਬ ਨੇ ਦੱਸਿਆ, ਨਵਦੀਪ ਜੀ ਨੇ ਦੱਸਿਆ, ਅਤੇ ਇੱਥੇ ਜਿਹੜੀ 999 ਇੱਕ ਬ੍ਰੈਂਡ ਹੈ, ਬੜਾ ਚੀਪ ਬ੍ਰੈਂਡ ਹੈ, ਜਿਹੜੀ 300-400 ਦੀ ਬੋਤਲ ਹੈ, ਉਹ ਬੋਤਲ ਨੂੰ ਮਹਿੰਗੀਆਂ ਸ਼ਰਾਬਾਂ ਜਿਸ ਤਰ੍ਹਾਂ ਸ਼ਵਾਸ ਰੀਗਲ 20, ਸ਼ਵਾਸ ਰੀਗਲ 18, ਤੁਸੀਂ ਦੇਖਿਆ ਬਲੈਕ ਲੈਵਲ 18, ਫਿਰ ਗਲੈਂਡ ਫਡਰਿਚ, ਗਲੈਂਡ ਲਿਵਿਟ, ਜੋ ਮਹਿੰਗੀ ਸਕੋਚਿਸ ਨੇ, ਉਹ ਸਕੋਚਿਸ ਨੂੰ ਦੇ ਵਿੱਚ ਭਰ ਕੇ ਗੌਰਮੈਂਟ ਦੇ ਰੈਵਨਿਊ ਨੂੰ ਭਾਰੀ ਲਾਸ ਕੀਤਾ ਜਾ ਰਿਹਾ, ਪਬਲਿਕ ਨਾਲ ਧੋਖਾ ਦਿੱਤਾ ਜਾ ਰਿਹਾ, ਪਬਲਿਕ ਨਾਲ ਫਰੋਡ ਕੀਤਾ ਜਾ ਰਿਹਾ। ਇਹਦੇ ਰਿਗਾਰਡਿੰਗ ਅਸੀਂ ਬਾਈ ਨੇਮ 2 ਬੰਦਿਆਂ ਦੇ ਖਿਲਾਫ਼ ਕੇਸ ਰਜਿਸਟਰ ਕੀਤਾ, ਅਸੀਂ ਰੈਲਵੈਂਟ ਸੈਕਸ਼ਨ ਦੇ ਵਿੱਚ ਕੇਸ ਰਜਿਸਟਰ ਕਰ ਲਿਆ ਅੰਡਰ 420, 467, 468, 471 IPC ਐਕਸਾਈਜ਼ ਐਕਟ। ਹੁਣ ਇਹਦੀ ਥੋਰੋ ਇਨਵੈਸਟੀਗੇਸ਼ਨ ਹੋਊਗੀ, ਇਹ ਜੁਆਇੰਟ ਰੇਟ ਹੈ ਐਕਸਾਈਜ਼ ਡਿਪਾਰਟਮੈਂਟ ਦਾ ਅਤੇ ਪੰਜਾਬ ਪੁਲਿਸ ਦਾ। ਸਰ ਇਹਦੇ ਕਿਸੇ ਠੇਕੇਦਾਰ ਦੀ ਇਨਵੋਲਵਮੈਂਟ ਮਿਲੀ? ਨਹੀਂ, ਐਸ ਸੱਚ ਅਜੇ ਤੱਕ ਦੇਖੋ ਕਿਸੇ ਦੀ ਇਨਵੋਲਵਮੈਂਟ ਕਿਸੇ ਦਾ ਨਹੀਂ। ਅਜੇ ਤੱਕ ਅਸੀਂ ਸਿਰਫ 2 ਅਕਿਊਜ਼ ਜਿਹੜੇ ਇੱਥੇ ਭਰ ਰਹੇ ਸੀ ਉਹਨਾਂ ਨੂੰ ਕਾਬੂ ਕੀਤਾ, ਉਹਨਾਂ ਨੂੰ ਅਰੈਸਟ ਕੀਤਾ, ਅੱਗੇ ਫਰਦਰ ਇਨਵੈਸਟੀਗੇਸ਼ਨ ਹੋਣੀ, ਫਿਰ ਇਨਵੈਸਟੀਗੇਸ਼ਨ ਜਿਹਦਾ ਨਾਮ ਸਾਹਮਣੇ ਆਊਗਾ ਉਹਨੂੰ ਬੁੱਕ ਕੀਤਾ। ਸਰ ਉਹ ਕਿੱਥੇ ਵੇਚਦੇ ਸੀ ਜਾਂ ਕੁਛ ਇੱਦਾਂ, ਕੁਛ ਸੋਚ ਪਤਾ ਲੱਗੇ? ਦੇਖੋ ਅਜੇ ਬੜੀ ਇਨੀਸ਼ੀਅਲ ਸਟੇਜ ਹੈ, ਅਜੇ ਇਨਵੈਸਟੀਗੇਸ਼ਨ ਦੀ ਬਿਗਨਿੰਗ ਹੈ, ਅਜੇ ਮੈਂ ਇਹਦੇ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ, ਅਜੇ ਦੀ ਥੋਰੋ ਇਨਵੈਸਟੀਗੇਸ਼ਨ ਹੋਣੀ ਹੈ ਫਿਰ ਉਸ ਤੋਂ ਬਾਅਦ। ਪੰਜਾਬ ਸੇ ਵਿਪਨ ਓਕਾਰਾ ਕੀ ਰਿਪੋਰਟ। ਤੋ ਇਸ ਰਿਪੋਰਟ ਮੇਂ ਬਸ ਇਤਨਾ ਹੀ। ਦੇਸ਼ ਔਰ ਦੁਨੀਆ ਕੀ ਤਮਾਮ ਖਬਰੋਂ ਕੇ ਲੀਏ ਆਪ ਦੇਖਤੇ ਰਹੀਏ ਸਮਾਚਾਰ ਇੰਡੀਆ, ਖਬਰ ਸੇ ਲੇਕਰ ਅਸਰ ਤੱਕ।